ਸასი ਕਾਲ ਜੀ ਮੇਰਾ ਨਾਮ ਈਸ਼ਰ ਸੰਧੂ ਵਾਜੀ ਤੇ ਅੱਜ ਅਸੀਂ ਵੀਡੀਓ ਲੈ ਕੇ ਆ ਰਹੇ ਹਾਂ ਇਨਫੋਰਮੇਸ਼ਨ ਤੇ ਪ੍ਰੀਵਿਊ ਦੇ ਨੂੰ ਵੀ Elog 365 ਜਿਹੜੀ ਆਪਣੀ ਨਵੀਂ ਐਪਲੀਕੇਸ਼ਨ ਆ ਇਹ ਕਿਵੇਂ ਵਰਤੀ ਜਾਂਦੀ ਆ ਤੇ ਇਹਦੇ ਫੰਕਸ਼ਨੈਲਿਟੀਆਂ ਕੀ ਕੀ ਨੇ ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਆ ਲੈਫਟ ਸਾਈਡ ਤੋਂ ਆਪਣੀ ਤੀਜੇ ਨੰਬਰ ਤੇ ਆਪਣੀ ਐਪਲੀਕੇਸ਼ਨ ਹੈਗੀ ਆ ਇਹ ਲੌਗ 365 ਬਲੈਕ ਆਈਕਨਾਂ ਤੇ ਵਿੱਚ ਨੀਲੇ ਅੱਖਰਾਂ ਦੇ ਵਿੱਚ ਲਿਖਿਆ ਆ ਜਾਂਦਾ ਇਹ ਲੌਗ 365 ای ایل ڈی ਸੋ ਇਹ ਹੈ ਆਪਣੀ ਐਂਡਰੋਇਡ ਤੇ ਵੀ ਸੇਮ ਹੀ ਇਹਦਾ ਆਈਕਨਾਂ ਤੇ ਐਪਲ ਪ੍ਰੋਡਕਟ ਆ ਜਿਹੜੇ ਉਹਨਾਂ ਤੇ ਵੀ ਸੇਮ ਹੀ ਆਈਕਨ ਹੈ ਤੇ ਜਦੋਂ ਤੁਸੀਂ ਇਹਨੂੰ ਸਰਚ ਕਰਨਾ ਵਾ ਇਹ ਲੌਗ 365 ਨੂੰ ਇਹ ਵਨ ਵਰਡ ਆ ਕੋਈ ਇਹਦੇ ਵਿੱਚ ਸਪੇਸ ਨਹੀਂ ਪੈਂਦੀ ਸੋ ਪਹਿਲੀ ਆਪਾਂ ਇਹਨੂੰ ਖੋਲਦੇ ਆਂ ਤੇ ਜਦੋਂ ਆਪਾਂ ਖੋਲਾਂਗੇ ਇਹਨੇ ਲੌਗਇਨ ਸਕਰੀਨ ਤੇ ਆ ਜਾਣਾ ਤੇ ਜੋ ਆਪਾਂ ਤੁਹਾਡਾ ਡਰਾਈਵਰ ਆਈਡੀ ਜਿਹੜੀ ਬਣੀ ਹੋਈ ਆ ਇਹ ਡਰਾਈਵਰ ਆਈਡੀ ਤੁਸੀਂ ਇਹਦੇ ਚ ਪਾ ਕੇ ਤੇ ਗਾਂ ਲੌਗਇਨ ਕਰ ਸਕੋਗੇ ਸੋ ਇਹਦੇ ਚ ਯੂਜ਼ਰ ਨੇਮ ਜੋ ਵੀ ਤੁਹਾਨੂੰ ਯੂਜ਼ਰ ਨੇਮ ਅਸਾਈਨ ਕੀਤਾ ਗਿਆ ਵਾ ਉਹ ਤੁਸੀਂ ਇਹਦੇ ਵਿੱਚ ਐਂਟਰ ਕਰ ਦੇਣਾ ਤੇ ਫਿਰ ਆਪਾਂ ਨੈਕਸਟ ਸਟੈਪ ਤੇ ਚਲੇ ਜਾਵਾਂਗੇ ਜਦੋਂ ਆਪਾਂ ਇਹਨੂੰ ਪਹਿਲੀ ਵਾਰੀ ਲੌਗਇਨ ਕਰ ਲੈਨੇ ਆ ਇਹ ਤੁਹਾਨੂੰ ਸਕਰੀਨ ਤੇ ਲੈ ਆਉਂਦੀ ਆ ਵੀ ਤੁਸੀਂ ਆਪਦਾ ਟਰੱਕ ਸਿਲੈਕਟ ਕਰੋ ਦੈਟਸ ਗੋਣਾ ਬੀ ਸਭ ਤੋਂ ਪਹਿਲੀ ਗੱਲ ਆ ਮੈਂ ਪਹਿਲਾਂ ਅੱਗੇ ਲੌਗਇਨ ਕੀਤਾ ਹੋਇਆ ਵਾ ਤਾਂ ਕਰਕੇ ਹੁਣ ਮੈਨੂੰ ਇਹਨੇ ਉਹ ਸਕਰੀਨ ਤੇ ਨਹੀਂ ਲੈ ਕੇ ਆਈ ਪਰ ਜੇ ਆਪਾਂ ਇਨੀਸ਼ੀਅਲੀ ਲੌਗਇਨ ਕਰਾਂਗੇ ਤਾਂ ਆਹ ਤੁਹਾਡੀ ਸਕਰੀਨ ਆਊਗੀ ਸਭ ਤੋਂ ਪਹਿਲਾਂ ਤੇ ਇੱਥੇ ਜਿਹੜੇ-ਜਿਹੜੇ ਟਰੱਕ ਤੁਹਾਡੇ ਕੰਪਨੀ ਦੇ ਵਿੱਚ ਹੈਗੇ ਆ ਉਹ ਤੁਹਾਨੂੰ ਦੇਖੇ ਜਾਣਗੇ ਤੇ ਜਿਵੇਂ ਆਪਣਾ ਇਹ ਐਸ ਵਕਤ ਇੱਕ ਹੀ ਪਾਇਆ ਹੋਇਆ ਵਾ ਤੇ ਆਲਰੇਡੀ ਮੇਰਾ ਸਿਲੈਕਟਡ ਆ ਸੋ ਇੱਥੇ ਆਪਾਂ ਸਿਲੈਕਟ ਕਰ ਲੈਣਾ ਤੇ ਇੱਥੇ ਜਿਹੜਾ ਟਾਈਪ ਮੈਕ ਐਡਰੈਸ ਆ ਇਹ ਜੀ ਜਿਹੜੀ ਆਪਣੀ ਹਾਰਡਵੇਅਰ ਡਿਵਾਈਸ ਆ ਜੋ ਆਪਣੀ ਪੀਟੀ ਤੜੀ ਆ ਉਹਦੇ ਉੱਤੇ ਜੋ ਸਟicker ਲੱਗਾ ਹੈਗਾ ਉਹਦੇ ਉੱਤੇ ਇੱਕ ਮੈਕ ਐਡਰੈਸ ਲਿਖਿਆ ਹੁੰਦਾ ਵਾ ਸੀਰੀਅਲ ਨੰਬਰ ਦੇ ਵਾਂਗ ਹੁੰਦਾ ਉਹ ਤੇ ਉਹ ਤੁਸੀਂ ਇਹਦੇ ਵਿੱਚ ਐਂਟਰ ਕਰ ਦੇਣਾ ਤੁਸੀਂ ਇਹਦੇ ਵਿੱਚ ਮੈਕ ਐਡਰੈਸ ਐਂਟਰ ਕਰਕੇ ਤੇ ਤੁਸੀਂ ਕਨੈਕਟ ਨਾ ਪੋਗੇ ਤੇ ਉਹਨੇ ਬਲੂਟੂਥ ਦਾ ਕਨੈਕਸ਼ਨ ਕਰ ਲੈਣਾ ਸੋ ਇਹ परपਸ ਵਾਸਤੇ ਵੀ ਇਹ ਆਪਾਂ ਵੈਸੀ ਐਪ ਦੇ ਗੋ ਥਰੂ ਹੋ ਰਹੇ ਆ ਮੈਂ ਹੁਣ ਇਸ ਵਕਤ ਨੂੰ ਨਹੀਂ ਕਨੈਕਟ ਕਰੂੰਗਾ ਪਰ ਇੱਕ ਕਨੈਕਟ ਕਰਨੀ ਬਹੁਤ ਸੌਖੀ ਆ ਤੇ ਜੇ ਤੁਹਾਨੂੰ ਹੈਲਪ ਦੀ ਲੋੜ ਪੈਂਦੀ ਹੈ ਕਨੈਕਟ ਦੇ ਵਿੱਚ ਤੁਸੀਂ ਸਾਡੇ 800 ਵਾਲੇ ਨੰਬਰ ਤੇ 18005567105 ਲਾ ਕੇ ਐਕਸਟੈਂਸ਼ਨ 2 ਕਰਕੇ ਉੱਥੇ ਆਪਣੇ ਮੁੰਡਿਆਂ ਨਾਲ ਗੱਲ ਕਰ ਲਿਓ ਤੇ ਉਹ ਤੁਹਾਨੂੰ ਰਨ ਥਰੂ ਕਰ ਦੇਣਗੇ ਪਰ ਇਹ ਵੀਡੀਓ ਤੇ ਇਹਦੇ ਪਰਪਸ ਵਾਸਤੇ ਮੈਂ ਕੰਟੀਨਿਊ ਡਿਸਕਨੈਕਟਡ ਨੂੰ ਨਾਪ ਦੇਣਾ ਸੋ ਜਦੋਂ ਆਪਾਂ ਹੁਣ ਜਦੋਂ ਤੁਹਾਡਾ ਕਨੈਕਟ ਹੋ ਜਾਊਗਾ ਆ ਜਾਂ ਹੁਣ ਆਪਾਂ ਜਿਵੇਂ ਕੰਟੀਨਿਊ ਡਿਸਕਨੈਕਟਡ ਕੀਤਾ ਵਾ ਇਹ ਹੋਮ ਪੇਜ ਤੇ ਆ ਜਾਂਦੀ ਆ ਇਹ ਆਪਣਾ ਹੋਮ ਸਕਰੀਨ ਆ ਇਹਦੇ ਸਕਰੀਨ ਤੋਂ ਜਿਹਨੂੰ ਆਪ ਨੂੰ ਸਭ ਤੋਂ ਪਹਿਲਾਂ ਨਜ਼ਰ ਆਉਂਦਾ ਵਾ ਵੀ ਆਪਣਾ ਟਾਈਮ ਕੀ ਕੀ ਆ ਕੀ ਟਾਈਮ ਰਿਮੇਨਿੰਗ ਜਿਹੜੀ ਆ ਆਪਣੀ ਘੜੀ ਆ ਜੀ ਤੇ ਆਫ ਡਿਊਟੀ ਲਿਖਿਆ ਹੋਇਆ ਵਾ ਇਹ ਤੋਂ ਤੁਸੀਂ ਨੱਪ ਕੇ ਆਪਣੇ ਸਟੇਟਸ ਚੇਂਜ ਕਰ ਸਕਦੇ ਹੋ ਸੋ ਜੇ ਆਪਾਂ ਇੱਥੇ ਨੱਪਦੇ ਆ ਆਪਣੇ ਸਾਰੇ ਸਟੇਟਸ ਆ ਜਾਂਦੇ ਆ ਜੀ sleep driving on duty personal use the yard moves location ਇਹ ਆਪ ਹੀ ਚੱਕ ਲੈਂਦੀ ਆ ਜੇ ਬਾਈ ਚਾਂਸ ਅੱਗੇ ਪਿੱਛੇ ਦੀ ਲੋਕੇਸ਼ਨ ਚੈੱਕ ਕਰੀ ਆ ਤੇ ਤੁਸੀਂ ਕਸਟਮ ਲੋਕੇਸ਼ਨ ਲਿਖਣੀ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਟੈਪ ਕਰਕੇ ਕਸਟਮ ਲੋਕੇਸ਼ਨ ਵੀ ਲਿਖ ਸਕਦੇ ਹੋ ਤੇ ਅਸੀਂ ਰეკਮੈਂਡ ਕਰਦੇ ਆਂ ਵੀ ਜਦੋਂ ਵੀ ਤੁਸੀਂ ਸਟੇਟਸ ਚੇਂਜ ਕਰਦੇ ਹੋ ਜਾਂ ਜਦੋਂ ਜਾਂ ਤੁਸੀਂ 슬ੀਪ ਚ ਜਾ ਰਹੇ ਹੋ ਜਾਂ ਆਨ ਡਿਊਟੀ ਆ ਰਹੇ ਹੋ ਜਾਂ ਜਿਹੜਾ ਵੀ ਸਟੇਟਸ ਦੇ ਵਿੱਚ ਆਉਣਾ ਵਾ ਅਸੀਂ ਰეკਮੈਂਡ ਕਰਦੇ ਆਂ ਵੀ ਤੁਸੀਂ ਨੋਟ ਜ਼ਰੂਰ ਪਾਓ ਸੋ ਜੇ ਤੁਸੀਂ ਤੋਰਨ ਲੱਗੇ ਆ ਤਾਂ ਪ੍ਰੀ ਟ੍ਰਿਪ ਆ ਉਹ ਤੁਸੀਂ ਇੱਥੇ ਪ੍ਰੀ ਟ੍ਰਿਪ ਪਾ ਦੇਣੀ ਆ ਜਾਂ ਤੁਸੀਂ ਫਿਊਲ ਪਾ ਰਹੇ ਹੋ ਤਾਂ ਤੁਸੀਂ ਫਿਊਲਿੰਗ ਕਰ ਦੇਣਾ ਜਾਂ ਅਨਲੋਡਿੰਗ ਲੋਡਿੰਗ ਜਿਹੜੀ ਵੀ ਸਿਚੁਏਸ਼ਨ ਆ ਜਦੋਂ ਤੁਸੀਂ ਆਪਣਾ ਸਟੇਟਸ ਚੇਂਜ ਕਰਨਾ ਵਾ ਉਦੋਂ ਕੋਸ਼ਿਸ਼ ਕਰੋ ਵੀ ਨੋਟ ਜ਼ਰੂਰ ਪਾਓ ਇਹ ਤੁਹਾਡੇ ਗਾਂ ਤੁਹਾਨੂੰ ਜਦੋਂ ਆਫੀਸਰ ਪੋਲਓਵਰ ਕਰਦਾ ਵਾ ਉਹਨੂੰ ਐਕਸਪਲੇਨ ਕਰਨਾ ਸੌਖਾ ਹੋ ਜਾਂਦਾ ਵਾ ਤੁਹਾਨੂੰ ਐਕਸਪਲੇਨ ਨਹੀਂ ਕਰਨਾ ਪੈਂਦਾ ਉਹਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਜੇ ਆਪਣਾ ਨੋਟ ਪਾਇਆ ਹੋਇਆ ਵਾ ਵੀ ਤੁਸੀਂ ਕਿੱਥੇ ਸੀ ਜਾਂ ਕੀ ਕਰ ਰਹੇ ਸੀਗੇ ਸੋ ਜੇ ਆਪਾਂ ਔਨ ਡਿਊਟੀ ਇਹਨੂੰ ਔਨ ਆ ਨਾ ਹੋਵੇ ਆਪਾਂ ਇੱਥੇ ਔਨ ਡਿਊਟੀ ਤੇ ਕਲਿੱਕ ਕਰਕੇ ਤੇ ਇੱਥੇ ਪ੍ਰੀ ਟ੍ਰਿਪ ਲਿਖ ਦਿੰਨੇ ਆ ਤੇ ਅਪਡੇਟ ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਔਨ ਡਿਊਟੀ ਆ ਗਏ ਆ ਇਹਨੇ ਆਪਣੇ 14 ਘੰਟੇ ਦੀ ਸ਼ਿਫਟ ਸਟਾਰਟ ਕਰਤੀ ਆ ਤੇ ਰਾਈਟ ਸਾਈਡ ਤੇ ਜਿਹੜੇ ਆਪਣੇ ਘੰਟੇ ਆ ਇਹ ਵੀ ਆਪਾਂ ਨੂੰ ਜਿਹੜੇ ਦੇਖਦੇ ਆ ਇਹਦੇ ਵਿੱਚ ਵੀ ਆਪਣੀ ਸ਼ਿਫਟ ਸਟਾਰਟ ਹੋ ਗਈ ਆ ਤੇ ਇਹ ਆਮ ਇਹ ਤੇ ਜੇ ਆਪਾਂ ਟੌਪ ਤੇ ਦੇਖੀਏ ਟੌਪ ਰਾਈਟ ਹੈਂਡ ਸਾਈਡ ਤੇ ਤੁਹਾਨੂੰ ਇਸ ਵਕਤ ਇੱਕ ਟ੍ਰਾਇੰਗਲ ਤੇ ਉਹਦੇ ਨਾਲ ਵਿੱਚ ਉਹਦੇ ਐਕਸਪਲੇਨੇਸ਼ਨ ਮਾਰਕ ਕਿ ਦੇਖਦਾ ਹੋਊਗਾ ਜੇ ਆਪਾਂ ਇਹ ਤੇ ਨੱਪਦੇ ਆ ਤੇ ਇਹ ਆਪਣੀ ਸ਼ੋਅ ਕਰ ਰਿਹਾ ਵੀ ਡਿਵਾਈਸ ਦੇ ਨਾਲ ਆਪਾਂ ਇਸ ਵਕਤ ਕਨੈਕਟ ਨਹੀਂ ਹੈਗੀ ਜਦੋਂ ਤੁਸੀਂ ਕਨੈਕਟ ਹੋਵੋਗੇ ਮੈਂ ਹੁਣ ਕੰਟੀਨਿਊ ਡਿਸਕਨੈਕਟਡ ਨੱਪਦੇ ਨਾ ਜਦੋਂ ਆਪਾਂ ਕਨੈਕਟ ਹੋਵੋਗੇ ਇੱਥੇ ਆਹ ਬਲੂਟੂਥ ਦਾ ਤੁਹਾਨੂੰ ਸਿਗਨਲ ਆ ਕੇ ਤੇ ਇਹ ਗ੍ਰੀਨ ਜਗੂਗਾ ਸੋ ਇਹ ਤੁਹਾਡਾ ਇੰਡੀਕੇਟਰ ਆ ਵੀ ਤੁਹਾਡਾ ਟਰੱਕ ਤੇ ਤੁਹਾਡੀ ਡਿਵਾਈਸ ਕਨੈਕਟਡ ਆ ਜਾਂ ਨਹੀਂ ਕਨੈਕਟਡ ਤੇ ਇਧਰਲੇ ਪੂਰੇ ਲੈਫਟ ਸਾਈਡ ਤੇ ਜਿਹੜੇ ਆਪਣੇ ਤਿੰਨ ਲਾਈਨਾਂ ਵਾਂ ਇਹ ਇਹਦਾ ਮੈਨੂ ਬਾਰ ਆ ਜਾਂਦਾ ਜੀ ਤੁਸੀਂ ਮੈਨੂ ਬਾਰ ਤੇ ਦਬਦਿਆਂ ਤਾਂ ਸਾਰਾ ਮੈਨੂ ਖੁੱਲ ਜਾਂਦਾ ਤੇ ਇਹਦੇ ਵੀ ਆਪਾਂ ਗੋ ਥਰੂ ਹੋਵਾਂਗੇ ਤੇ ਇਹਦੇ ਬਿਲਕੁਲ ਨੀਚੇ ਹੈਗਾ ਜੀ ਆਹ ਛੋਟਾ ਜਾਂ ਚੰਦ ਵਾਇਆ ਹੋਇਆ ਇਹ ਬੇਸਿਕਲੀ ਨਾਈਟ ਮੋਡ ਦੇ ਵਿੱਚ ਕਰਨ ਵਾਸਤੇ ਆ ਜੇ ਤੁਸੀਂ ਰਾਤ ਨੂੰ ਚਲਾਉਨੇ ਆ ਤੇ ਤੁਸੀਂ ਇਹਨੂੰ ਨੱਪ ਦੋਗੇ ਤਾਂ ਇਹ ਨਾਈਟ ਮੋਡ ਦੇ ਵਿੱਚ ਚਲੇ ਜਾਂਦਾ ਵਾ ਸੋ ਅਮ ਇਹ ਨੂੰ ਦੁਬਾਰੇ ਨੱਪਦੋਂਗੇ ਤਾਂ ਇਹ ਡੇ ਟਾਈਮ ਮੋਡ ਦੇ ਵਿੱਚ ਆ ਜਾਂਦਾ ਵਾ ਤੇ ਜੇ ਆਪਾਂ ਸਭ ਤੋਂ ਥੱਲੇ ਆ ਜੀਏ ਜੀ ਆ ਇਹਦੇ ਆਪਣੇ ਦੋ ਟੈਬ ਥੱਲੇ ਵੀ ਹੈਗੇ ਆ ਇੱਕ ਤਾਂ ਐਸ ਵਕਤ ਜਿਹੜੇ ਆਪਾਂ ਅਵੇਲੇਬਲ ਲਿਖਿਆ ਹੋਇਆ ਵਾ ਆਪਣੇ ਅਵੇਲੇਬਲ ਆਵਰਸ ਆਪ ਨੂੰ ਦੇਖ ਰਹੇ ਆ ਜੇ ਤੁਸੀਂ ਨਾਲ ਹੀ ਰੀਕੈਪ ਰਾਈਟ ਸਾਈਡ ਤੇ ਲਿਖਿਆ ਹੋਇਆ ਰੀਕੈਪ ਤੇ ਨੱਪੋਂਗੇ ਤੇ ਤੁਹਾਨੂੰ ਆਪਦੇ ਰੀਕੈਪ ਦਾ ਵੀ ਸਾਰਾ ਕੁਝ ਦੇਖਿਆ ਜਾਂਦਾ ਵਾ ਵੀ ਆਪਾਂ ਪਿਛਲੇ 7 ਦਿਨਾਂ ਦੇ ਵਿੱਚ ਕਿੰਨੀ ਚਲਾਈ ਆ ਆਪਣੇ ਕੋਲ ਕਦੋਂ ਅਵੇਲੇਬਲ ਘੰਟੇ ਹੈਗੇ ਆ ਜਾਂ ਕਦੋਂ ਆਉਣਗੇ ਜਾਂ ਕੱਲ ਨੂੰ ਕਿੰਨੇ ਘੰਟੇ ਆ ਅੱਜ ਕਿੰਨੇ ਘੰਟੇ ਆ ਸੋ ਇਹ ਆਪਣੀ ਰੀਕੈਪ ਆ ਜੀ ਤੇ ਜੇ ਆਪਾਂ ਦੁਬਾਰਾ ਅਵੇਲੇਬਲ ਤੇ ਨੱਪਦੇ ਆ ਲੈਫਟ ਸਾਈਡ ਤੇ ਬਾਟਮ ਤੇ ਤੇ ਆਪਾਂ ਹੋਮ ਸਕਰੀਨ ਤੇ ਆ ਜੰਨੇ ਆ ਤੇ ਇਹ ਇਹਦੀ ਹੋਮ ਸਕਰੀਨ ਆ ਤੇ ਨੈਕਸਟ ਹੁਣ ਆਪਾਂ ਟਾਪ ਲੈਫਟ ਤੇ ਜਿਹੜਾ ਮੈਨੂ ਵਾਲਾ ਬਟਨ ਆ ਉਹਨੂੰ ਆਪਾਂ ਨੱਪ ਕੇ ਤੇ ਇਹਦੇ ਗੋ ਥਰੂ ਹੋਵਾਂਗੇ ਜਿਹੜਾ ਸਭ ਤੋਂ ਪਹਿਲਾਂ ਹੀ ਉੱਤੇ ਲਿਖਿਆ ਹੋਇਆ ਜੀ ਸਟੇਟਸ ਸੋ ਜੇ ਆਪਾਂ ਇਹਨੂੰ ਹੀ ਦੁਬਾਰੇ ਨੱਪੀਏ ਤਾਂ ਇਹ ਦੇਖ ਸਕਦੇ ਹਾਂ ਵੀ ਆਹੀ ਸਕਰੀਨ ਆ ਸੋ ਇਹ ਹੋਮ ਸਕਰੀਨ ਨੂੰ ਸਟੇਟਸ ਸਕਰੀਨ ਆਪਾਂ ਕਹਿ ਸਕਦੇ ਹਾਂ ਤੇ ਜੇ ਆਪਾਂ ਉਦੋਂ ਅਗਲਾ ਦੇਖੀਏ ਮੈਨੂ ਦੇ ਵਿੱਚ ਤਾਂ ਆ ਜਾਂਦੀਆਂ ਲੌਗਸ ਸੋ ਆਪਾਂ ਹੁਣ ਲੌਗਸ ਤੇ ਨੱਪਾਂਗੇ ਤੇ ਲੌਗਸ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਤਕਰੀਬਨ ਲਾਸਟ 14 ਡੇਜ਼ ਦੀਆਂ ਲੌਗ ਬੁਕਸ ਹੈਗੀਆਂ ਨੇ ਤੇ ਇਹ ਜਿਹੜੀ ਆਪਾਂ ਲੌਗ ਬੁੱਕ ਦੇਖਦੇ ਆਂ ਅਮ ਇਹਦੇ ਵਿੱਚ ਤੁਹਾਨੂੰ ਤਿੰਨ ਚੀਜ਼ਾਂ ਦਿਖ ਰਹੀਆਂ ਵਾ ਇੱਕ ਤਾਂ ਤੁਸੀਂ ਦੇਖ ਸਕਦੇ ਹੋ ਵੀ ਆ 1 ਮਿੰਟ ਲਿਖਿਆ ਹੋਇਆ ਵਾ ਸੋ ਇਹਦਾ ਮਤਲਬ ਵੀ ਇਹ ਵੈਸੇ ਹੀ ਥੋੜਾ ਇਹ ਦਿਨ ਗਿਣਤੀ ਚ ਆਇਆ ਹੋਇਆ ਵਾ ਫਿਰ ਨਾਲ ਆ ਜਾਂਦਾ ਵਾ ਫਾਰਮ ਤੇ ਉਹਦੇ ਨਾਲ ਆ ਜਾਂਦਾ ਸਰਟੀਫਾਈ ਇਹ ਤੁਹਾਨੂੰ ਇੰਡੀਕੇਸ਼ਨ ਦੇ ਰਿਹਾ ਵਾ ਵੀ ਜਿਹੜੇ ਰੈੱਡ ਆ ਫਾਰਮ ਤੇ ਸਰਟੀਫਾਈ ਆ ਇਹ ਵੀ ਤੁਹਾਡੇ ਇਨਕੰਪਲੀਟ ਆ ਜਿਹੜੇ ਜਿਹੜੇ ਤੁਹਾਡੇ ਕੰਪਲੀਟ ਹੋਣਗੇ ਉਹ ਗ੍ਰੀਨ ਹੋਊਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਮੇਰੇ ਹਲੇ ਕੋਈ ਵੀ ਲਾਸਟ 14 ਡੇਜ਼ ਦੇ ਵਿੱਚ ਮੈਂ ਹਲੇ ਕੁਝ ਵੀ ਨਹੀਂ ਕੀਤਾ ਹੋਇਆ ਸੋ ਸਾਰਾ ਇਹ ਰੈੱਡ ਆ ਇਹਦੇ ਵਿੱਚ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਵੀ ਇਹ ਰੈੱਡ ਆ ਜਾਂ ਕਿਉਂ ਰੈੱਡ ਆ ਉਹ ਚੀਜ਼ ਇਹਦੇ ਵਿੱਚ ਕੋਈ ਗੱਲ ਨਹੀਂ ਹੈ ਸਿਰਫ ਤੁਹਾਨੂੰ ਇੰਡੀਕੇਸ਼ਨ ਦੇਣ ਨੂੰ ਆ ਵੀ ਤੁਹਾਡਾ ਹਲੇ ਕੰਮ ਇਹਦੇ ਵਿੱਚ ਇਨਕੰਪਲੀਟ ਆ ਸੋ ਮੰਨ ਲਓ ਵੀ ਜੇ ਆਪਾਂ ਹੁਣ ਸੰਡੇ ਮੇ 10 ਦੀ ਲੌਗ ਬੁੱਕ ਖੋਲਦੇ ਆ ਤੇ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਫਾਰਮ ਵੀ ਇਨਕੰਪਲੀਟ ਆ ਤੇ ਸਰਟੀਫਾਈ ਵੀ ਨਹੀਂ ਹੋਈ ਸੋ ਜੇ ਆਪਾਂ ਇਹਨੂੰ ਖੋਲਾਂਗੇ ਤਾਂ ਆ ਇਹ ਲੌਗਸ ਦਾ ਪੇਜ ਆ ਜਾਂਦਾ ਵਾ ਤੇ ਇਹਦੇ ਆਪਾਂ ਸਟਾਰਟ ਕਰਦੇ ਹਾਂ ਮੂਹਰੇ ਤਾਂ ਆਪਾਂ ਨੂੰ ਦੇਖਦਾ ਜੀ ਗ੍ਰਾਫ ਤੇ ਥੱਲੇ ਇਹਦੇ ਜਮੇ ਹੇਠੇ ਆਪਣੇ ਜਿਹੜੇ ਸਟੇਟਸ ਹੁੰਦੇ ਆ ਉਹਦੀ ਲਿਸਟ ਪੂਰੀ ਇੱਕ ਬਣ ਜਾਂਦੀ ਆ ਆ ਤੇ ਫਿਰ ਉਸ ਤੋਂ ਸਭ ਤੋਂ نیچے ਆਪਾਂ ਦੇਖ ਸਕਦੇ ਹਾਂ ਥੱਲੇ ਵੀ ਤਿੰਨ ਟੈਬ ਹੈਗੇ ਆ ਇੱਕ ਤਾਂ ਹੈਗਾ ਇਵੈਂਟਸ ਵਾਲਾ ਟੈਬ ਜਿੱਤੇ ਆਪਾਂ ਇਸ ਵਕਤ ਕਲਿੱਕ ਕੀਤਾ ਹੋਇਆ ਵਾ ਫਿਰ ਇੱਕ ਫਾਰਮ ਵਾਲਾ ਟੈਬ ਆ ਤੇ ਫਿਰ ਇੱਕ ਸਰਟੀਫਾਈ ਵਾਲਾ ਟੈਬ ਆ ਸੋ ਆਪਾਂ ਇਹ ਇਵੈਂਟਸ ਵਾਲਾ ਟੈਬ ਆ ਇਹਦੇ ਵਿੱਚ ਆਪਾਂ ਨੂੰ ਇਵੈਂਟ ਦੇਖਦੇ ਆ ਸਾਰੀ ਜਿਹਨਾਂ ਜਿਵੇਂ ਆਫ ਡਿਊਟੀ ਰਿਆ ਵਾ ਕੱਲਾ ਸੋ ਆਫ ਡਿਊਟੀ ਹੈ ਇਹਦੇ ਵਿੱਚ ਤੇ ਥੱਲੇ ਜੇ ਆਪਾਂ ਫਾਰਮ ਤੇ ਨੱਪਦੇ ਆ ਫਾਰਮ ਤੁਹਾਨੂੰ ਅੱਗੇ ਲੈ ਜਾਂਦਾ ਵਾ ਇਹਦੇ ਵਿੱਚ ਥੋੜੀ ਜੀ ਹੋਰ ਇਨਫੋਰਮੇਸ਼ਨ ਆਪਾਂ ਪਾ ਸਕਦੇ ਹਾਂ ਸਚ ਐਸ ਟ੍ਰੇਲਰ ਨੰਬਰ ਸ਼ਿਪਿੰਗ ਡਾਕੂਮੈਂਟ ਐ ਜਿਹੀਆਂ ਚੀਜ਼ਾਂ ਸੋ ਇਹਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਸ਼ਿਪਿੰਗ ਡਾਕੂਮੈਂਟ ਨਨ ਲਿਖਿਆ ਹੋਇਆ ਵਾ ਤੇ ਆਪਾਂ ਇਸ ਦਿਨ ਚਲਾਇਆ ਨਹੀਂ ਸੀਗਾ ਵੈਸੇ ਤੁਸੀਂ ਇੱਥੇ ਆ ਕੇ ਸੇਵ ਕਰ ਦੇਣਾ ਤੇ ਇਹ ਅਸੀਂ ਇਦਾਂ ਬਣਾਇਆ ਹੋਇਆ ਵਾ ਵੀ ਸ਼ਿਪਿੰਗ ਡਾਕੂਮੈਂਟ ਤੋਂ ਪਾਏ ਬਿਨਾ ਤੁਸੀਂ ਸਰਟੀਫਾਈ ਨਹੀਂ ਕਰ ਸਕਦੇ ਸੋ ਕਈ ਵਾਰੀ ਪ੍ਰੋਬਲਮ ਆ ਰਹੀ ਸੀਗੀ ਵੀ ਯੂ نو ਜ਼ਿਆਦਾਤਰ ਆਪਣੇ ਡਰਾਈਵਰ ਯੂ نو ਸੇਮ ਸ਼ਿਪਿੰਗ ਡੌਕੀ ਪਾ ਕੇ ਤੇ ਯੂ نو ਗਾਂ ਦੀ ਗਾਂ ਰੋਲਓਵਰ ਹੋ ਜਾਂਦਾ ਸੀਗਾ ਸੋ ਇਹਦੇ ਵਿੱਚ ਤੁਹਾਨੂੰ ਆ ਕੇ ਇੱਕ ਵਾਰੀ ਸੇਵ ਜ਼ਰੂਰ ਕਰਨਾ ਪਿਆ ਕਰੂਗਾ ਤੇ ਰੋਲਓਵਰ ਵੀ ਇਹਦੇ ਵਿੱਚ ਹੋ ਜਾਂਦਾ ਵਾ ਜਿਵੇਂ ਆਹ ਆਪਾਂ ਹੁਣ ਨਹੀਂ ਚਲਾਇਆ ਇਹਦੇ ਵਿੱਚ ਇਹਨੇ ਆਟੋਮੈਟਿਕਲੀ ਨਨ ਲਿਖਿਆ ਹੋਇਆ ਵਾ ਆਪਾਂ ਸਿੱਧਾ ਆ ਕੇ ਤੇ ਸੇਵ ਨੱਪ ਦੇਣਾ ਫਾਰਮ ਸੇਵ ਹੋ ਗਿਆ ਤੁਸੀਂ ਦੇਖ ਸਕਦੇ ਹੋ ਥੱਲੇ ਫਾਰਮ ਤੇ ਉਤੋਂ ਰੈੱਡ ਬਿੰਦੀ ਵੀ ਚੱਕੀ ਗਈ ਆ ਹੁਣ ਸਿਰਫ ਸਰਟੀਫਾਈ ਵਾਲੇ ਪੇਜ ਤੇ ਰੈੱਡ ਬਿੰਦੀ ਰਹਿ ਗਈ ਆ ਤੁਸੀਂ ਸਰਟੀਫਾਈ ਵਾਲੇ ਪੇਜ ਤੇ ਜਦੋਂ ਆਉਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਹਲੇ ਮੇਰਾ ਕੋਈ ਸਿਗਨੇਚਰ ਨਹੀਂ ਪਾਇਆ ਹੋਇਆ ਸੋ ਆ ਜਿਹੜਾ ਉੱਤੇ ਬਾਕਸ ਇਹਨਾਂ ਨੇ ਵਿਚਾਲੇ ਬਣਾਇਆ ਹੋਇਆ ਤੇ ਲਿਖਿਆ ਹੋਇਆ ਡਰਾ ਯਰ ਸਿਗਨੇਚਰ ਹੇਅਰ ਇੱਥੇ ਮੈਂ ਸਾਈਨ ਕਰ ਦੂੰਗਾ ਤੇ ਆ ਆਪਣੀ ਸਿਗਨੇਚਰ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਬਸ ਸਿੱਧਾ ਐਗਰੀ ਨੱਪ ਦੇਣਾ ਤੇ ਆਪਣੀ ਲੌਗ ਬੁੱਕ ਸਰਟੀਫਾਈਡ ਹੋ ਗਿਆ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਸੰਡੇ ਮੇ 10th ਦੀ ਲੌਗ ਬੁੱਕ ਆ ਜਿਹੜੀ ਉਹਦੇ ਫੋਰਮ ਵੀ ਗ੍ਰੀਨ ਹੋ ਗਿਆ ਸਰਟੀਫਾਈ ਵੀ ਗ੍ਰੀਨ ਹੋ ਗਿਆ ਵਾ ਸੋ ਇਹ ਇਦਾਂ ਇਹਨੂੰ ਆਪਾਂ ਸਰਟੀਫਾਈ ਕਰੀ ਦੀਆ ਸੋ ਜੇ ਆਪਾਂ ਸੈਚਰਡੇ ਮੇ 10 ਵਾਲੀ ਅੰਮੇ 9 ਵਾਲੀ ਦੇਖਣੀ ਹੋਵੇ ਦ ਸੇਮ ਥਿੰਗ ਆਪਾਂ ਦੇਖ ਸਕਦੇ ਆ ਉਵੇਂ ਹੀ ਵੀ ਆ ਆਪਣੀ ਲੌਗ ਬੁੱਕ ਆ ਤੇ ਫਿਰ ਰਾਈਟ ਥੱਲੇ ਆਪਣੇ ਤਿੰਨ ਪੇਜ ਆ ਜਾਂਦੇ ਆ ਜੀ ਫਾਰਮ ਆਲਾ ਆਪਣਾ ਇਹ ਤੇ ਰੈੱਡ ਬਿੰਦੀ ਆ ਉਤੇ ਤੇ ਆਪਾਂ ਨੱਪਦੇ ਆ ਇਹਦਾ ਇੰਡੀਕੇਟ ਕਰ ਰਿਹਾ ਵੀ ਇਹਨੂੰ ਆਪਾਂ ਸੇਵ ਕਰੀਏ ਤੇ ਤੁਸੀਂ ਸਿੱਧਾ ਸੇਵ ਨੱਪ ਦੋ ਜੇ ਤੁਸੀਂ ਬਾਈ ਚਾਂਸ ਸ਼ਿਪਿੰਗ ਡਾਕੂਮੈਂਟ ਪਾਉਣੀ ਆ ਤੇ ਮੰਨ ਲਓ ਵੀ ਉਹ ਆਪਾਂ ਤੁਹਾਨੂੰ ਗਾਂਹ ਲਈ ਐਗਜ਼ਾਮਪਲ ਤੇ ਮੈਂ ਤੁਹਾਨੂੰ ਸ਼ੋਅ ਕਰ ਦੂੰਗਾ ਆ ਇਹ ਆਪਾਂ ਸੇਵ ਕਰਦੀ ਆ ਇੱਕ ਵਾਰੀ ਇਹਦਰ ਸਰਟੀਫਾਈ ਵਾਲੇ ਤੇ ਆ ਕੇ ਤੇ ਮੇਰਾ ਸਾਈਨ ਹੁਣ ਸੇਵ ਹੋ ਗਿਆ ਸਿਗਨੇਚਰ ਤੇ ਇਹਨੂੰ ਵੀ ਆਪਾਂ ਐਗਰੀ ਨਾਪ ਦੇਣਾ ਤੇ ਇਹ ਵੀ ਸਰਟੀਫਾਈ ਹੋ ਗਿਆ ਵਾ ਤੇ ਹੁਣ ਜੀ ਆਪਾਂ ਅੱਜ ਦੀ ਲੌਗ ਬੁੱਕ ਖੋਲਦੇ ਹਾਂ ਸੋ ਮੇ 11th ਇਹ ਆਪਾਂ ਜਦੋਂ ਲੌਗ ਬੁੱਕ ਖੋਲ੍ਹਾਂਗੇ ਤੇ ਇਹ ਤੁਸੀਂ ਦੇਖ ਸਕਦੇ ਹੋ ਵੀ ਅੱਜ ਹੁਣ ਜਿਹੜਾ ਆਪਾਂ ਔਨ ਡਿਊਟੀ ਗਏ ਸੀਗੇ ਇਹ 6 ਮਿੰਟ ਪਹਿਲਾਂ ਆਪਣੀ ਔਨ ਡਿਊਟੀ ਇਹਦੇ ਵਿੱਚ ਪਈ ਹੋਈ ਆ ਤੇ ਉਮ ਇਦਾਂ ਹੀ ਇਦਾਂ گاਹ ਦੀ گاਹ ਸਾਰੇ ਸਟੈਟਿਸ ਇਹਦੇ ਚ ਪਈ ਜਾਂਦੇ ਆ ਇਹ ਤੁਹਾਡੇ ਦੇਖਣ ਨੂੰ ਆ ਵੀ ਸਾਰੇ ਇਵੈਂਟ ਕਿਹੜੇ ਕਿਹੜੇ ਹੋਏ ਆ ਤੇ ਇੱਥੇ ਥੱਲੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਫਾਰਮ ਵਾਲਾ ਇਹਦੇ ਵਿੱਚ ਅਮ ਰੈੱਡ ਹੋਇਆ ਹੋਇਆ ਵਾ ਇਹਨੂੰ ਆਪਾਂ ਨੱਪਾਂਗੇ ਤੇ ਕਿਉਂਕਿ ਆਪਾਂ ਔਨ ਡਿਊਟੀ ਆ ਜਾਏ ਹਾਂ ਸੋ ਇਹ ਥੋੜੀ ਗੌਰ ਕਰਨ ਵਾਲੀ ਗੱਲ ਆ ਵੀ ਜਿਹੜੇ ਦਿਨਾਂ ਦੇ ਵਿੱਚ ਆਪਾਂ ਔਨ ਡਿਊਟੀ ਨਹੀਂ ਸੀ ਆਏ ਕੋਈ ਆਪਣੀ ਮੂਵਮੈਂਟ ਨਹੀਂ ਸੀਗੀ ਬੁੱਕ ਦੀ ਉੱਥੇ ਆਟੋਮੈਟਿਕਲੀ ਸ਼ਿਪਿੰਗ ਡੌਕਸ ਦੇ ਵਿੱਚ ਨਨ ਪਿਆ ਹੋਇਆ ਸੀਗਾ ਤੇ ਆਪਸ਼ਨ ਆਪਾਂ ਨੂੰ ਉਹਨਾਂ ਨੇ ਸੇਵ ਕਰਨ ਦੀ ਸਿੱਧੀ ਆਪਸ਼ਨ ਦਿੱਤੀ ਹੋਈ ਸੀ ਪਰ ਜਿਹੜੇ ਦਿਨ ਦੇ ਵਿੱਚ ਆਪਣੀ ਲੌਗ ਬੁੱਕ ਆਪਾਂ ਚਲਾਈ ਆ ਔਨ ਡਿਊਟੀ ਆਏ ਆ ਜਾਂ ਕੋਈ ਵੀ ਮੂਵਮੈਂਟ ਹੁੰਦੀ ਆ ਉਹਦੇ ਵਿੱਚ ਉਹਨਾਂ ਨੇ ਰਿਕੁਆਇਰ ਕਰਨਾ ਵੀ ਤੁਸੀਂ ਆ ਕੇ ਇਹਦੇ ਵਿੱਚ ਤੇ ਆਪਾਂ ਸ਼ਿਪਿੰਗ ਡਾਕੂਮੈਂਟ ਪ੍ਰੋਪਰ ਪਾਓ ਜਿਹੜੇ ਆਪਾਂ ਤੁਸੀਂ ਲੋਡ ਚੱਕ ਰਹੇ ਹੋ ਜਾਂ ਕੋਈ ਆਪਾਂ ਚੱਕਿਆ ਜਾਂ ਲਾਇਆ ਸੋ ਇਹਦੇ ਵਿੱਚ ਆ ਆਪਾਂ ਇੱਥੇ ਰਾਈਟ ਸਾਈਡ ਤੇ ਜਿਹੜੀ ਪੈਨਸਲ ਬਣੀ ਹੋਈ ਆ ਤੁਸੀਂ ਉਹਦੇ ਨਾਲ ਇਹਨੂੰ ਨੱਪ ਸਕਦੇ ਹੋ ਤੇ ਇਹ ਸਿੰਪਲ ਹੀ ਆ ਜੀ ਇਹਦੇ ਵਿੱਚ ਸ਼ਿਪਿੰਗ ਡਾਕ ਐਡ ਕਰਨਾ ਜਿੱਥੇ ਉੱਤੇ ਟਾਪ ਲੈਫਟ ਤੇ ਲਿਖਿਆ ਹੋਇਆ ਟਾਈਪ ਹੇਅਰ ਇੱਥੇ ਆਪਾਂ ਲਿਖ ਦੇਣਾ ਤੇ ਆਪਾਂ ਟੈਸਟ 1 2 3 ਆਪ ਦਾ ਸ਼ਿਪਿੰਗ ਡਾਕ ਕਰ ਲੈਨੇ ਆ ਜੀ ਤੇ ਇਹ ਸ਼ਿਪਿੰਗ ਡਾਕੂਮੈਂਟ ਦੇ ਵਿੱਚ ਬੇਸਿਕਲੀ ਆਪਾਂ ਆਪਦਾ ਬਿੱਲ ਆਫ ਲੀਡਿੰਗ ਨੰਬਰ ਪਾਉਣਾ ਜ਼ਰੂਰੀ ਹੁੰਦਾ ਜਿਹੜਾ ਆਪਣਾ ਪਿਕਅਪ ਨੰਬਰ ਹੁੰਦਾ ਸੋ ਉਹ ਤੁਸੀਂ ਇੱਥੇ ਪਾ ਕੇ ਤੇ ਰਾਈਟ ਸਾਈਡ ਤੇ ਐਡ ਨੱਪ ਦੇਣਾ ਠੀਕ ਹੈ ਜੀ ਐਡ ਹੋ ਗਿਆ ਇਹ ਪਾਰਟਿਕੂਲਰ ਦੇਨ ਦੇ ਵਿੱਚ ਤੁਹਾਡਾ ਸ਼ਿਪਿੰਗ ਡਾਕੂਮੈਂਟ ਐਡ ਹੋ ਗਿਆ ਹੁਣ ਬਾਈ ਚਾਂਸ ਆਪਣੇ ਕੋਲੇ ਮਲਟੀਪਲ ਪਿਕਾ ਜਾਦੇ ਪਿਕਾ ਵਾਂ ਤੁਸੀਂ ਉੱਥੇ ਦੁਬਾਰੇ ਨੱਪ ਕੇ ਜਾਦੇ ਪਿਕਅਪ ਨੰਬਰ ਆਪਣੇ ਕੋਲੇ ਤਾਂ ਆਪਾਂ ਹੋਰ ਐਡ ਕਰ ਸਕਦੇ ਹਾਂ ਓਪ ਸੌਰੀ ਹਾਂਜੀ ਸੌਰੀ ਥੋੜੇ ਐਪ ਤੇ ਤੋਂ ਬੰਦ ਹੋ ਗਈ ਸੀ ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸ਼ਿਪਿੰਗ ਡਾਕ ਆਪਣੇ ਦੋਵੇਂ ਐਤੇ ਪੈ ਗਿਆ ਤੇ ਜਦੋਂ ਆਪਾਂ ਬੈਕ ਆਵਾਂਗੇ ਆ ਸ਼ਿਪਿੰਗ ਡਾਕਸ ਤੁਹਾਨੂੰ ਦਿਖਦੇ ਆ ਟੈਸਟ 1 2 3 1 2 3 ਤੇ ਟੈਸਟ 2 3 4 ਇਹਦੇ ਚ ਪਾ ਕੇ ਫਿਰ ਵੀ ਆਪਾਂ ਨੂੰ ਸੇਵ ਨਾਪਣਾ ਬਹੁਤ ਜ਼ਰੂਰੀ ਆ ਤੁਸੀਂ ਸੇਵ ਨਾਪ ਦੇਣਾ ਐਂਡ ਫਾਰਮ ਹੈਜ਼ ਬੀਨ ਸੇਵਡ ਤੇ ਇਹ ਆਪਣਾ ਅੱਜ ਦਾ ਡਾਕੂਮੈਂਟ ਸੇਵ ਹੋ ਗਿਆ ਵਾ ਤੇ ਇਧਰ ਸਰਟੀਫਾਈ ਦੇ ਵਿੱਚ ਆਪਾਂ ਹਲੇ ਸਰਟੀਫਾਈ ਨਹੀਂ ਕਰਨੀ ਕਿਉਂਕਿ ਹਲੇ ਆਪਾਂ ਅੱਜ ਦੀ ਲੌਗ ਬੁੱਕ ਚ ਲਾਉਣੀ ਆ ਤੇ ਜੇ ਆਪਾਂ ਬੈਕ ਟੂ ਹੁਣ ਲੌਗਸ ਵਾਲੇ ਪੇਜ ਤੇ ਆ ਜੰਨੇ ਆ ਤੁਹਾਨੂੰ ਇੱਥੇ ਦੇਖ ਜਾਂਦਾ ਵਾ ਵੀ ਅੱਜ ਮੰਡੇ ਮੇ 11th ਦੀ ਜਿਹੜੀ ਲੌਗ ਬੁੱਕ ਆ ਉਹਦਾ ਮੈਂ ਸ਼ਿਪਿੰਗ ਡਾਕ ਫਾਰਮ ਵਾਲਾ ਮੇਰਾ ਪੇਜ ਗ੍ਰੀਨ ਸਰਟੀਫਾਈ ਵਾਲਾ ਪੇਜ ਗ੍ਰੀਨ ਨਹੀਂਗਾ ਕਿਉਂਕਿ ਸਰਟੀਫਾਈ ਇਹ ਮੈਂ ਕੱਲ ਨੂੰ ਕਰੂੰਗਾ ਸੋ ਇਹ ਹੋ ਗਿਆ ਜੀ ਯੂ نو ਲੌਗ ਬੁੱਕ ਲੌਗਸ ਦੀ ਓਵਰਵਿਊ ਤੇ ਆਪਾਂ ਸਰਟੀਫਾਈ ਕਿਵੇਂ ਕਰਨਾ ਮਾ ਅਮ ਇਹਦੇ ਵਿੱਚ ਆਪਾਂ ਜੇ ਹੁਣ ਨੈਕਸਟ ਮੂਵ ਔਨ ਹੁੰਨੇ ਆ ਤੇ ਗਾਹ ਆ ਜਾਂਦੇ ਆ ਜੀ ਡੀਵੀਆਰ ਡੀਵੀਆਰ ਅਮ ਇਹਦੇ ਵਿੱਚ ਕਾਫੀ ਸਿੰਪਲ ਆ ਤੁਸੀਂ ਇਹਦੇ ਵਿੱਚ ਆ ਜਾਣਾ ਡੀਵੀਆਰ ਜਿਹੜਾ ਆਪਾਂ ਦੇਖ ਸਕਦੇ ਹਾਂ ਇਸ ਵਕਤ ਆਪਣਾ ਕੋਈ ਰੈਕਡ ਨਹੀਂ ਹੈਗਾ ਤੇ ਇਹਦੇ ਆਪਾਂ ਬੇਸਿਕਲੀ ਜੇ ਆਪਾਂ ਡੀਵੀਆਰ ਕਰਨੀ ਆ ਟੌਪ ਰਾਈਟ ਤੇ ਆਪਾਂ ਪਲੱਸ ਵਾਲਾ ਸਾਈਨ ਅਪ ਦੇਣਾ ਤੇ ਆਪਣਾ ਡੀਵੀਆਰ ਇਨਸਪੈਕਸ਼ਨ ਸਟਾਰਟ ਹੋ ਜਾਂਦੀ ਆ ਤੇ ਉੱਤੇ ਤੁਸੀਂ ਦੇਖ ਸਕਦੇ ਹੋ ਟਾਈਮ ਆ ਗਿਆ ਵਾ ਵੀ 2 ਵਜੇ 31 ਮਿੰਟ ਤੇ ਇਹ ਟੀਵੀ ਆ ਜਾ ਔਰ ਯੂ نو ਸਟਾਰਟ ਹੋ ਰਹੀ ਆ ਆਡੋਮੀਟਰ ਨਹੀਂ ਆ ਰਿਹਾ ਕਿਉਂਕਿ ਮੇਰਾ ਉਹਦੇ ਨਾਲ ਕਨੈਕਟਡ ਨਹੀਂ ਹੈਗਾ ਤੇ ਬਾਕੀ ਇਨਫਾਰਮੇਸ਼ਨ ਇੱਥੇ ਆ ਰਹੀ ਆ ਤੇ ਜੇ ਬਾਈ ਚਾਂਸ ਜਦੋਂ ਆਪਾਂ ਆ ਜੰਨੇ ਜੀ ਜਿੱਥੇ ਵਹੀਕਲ ਲਿਖਿਆ ਹੋਇਆ ਤੇ ਟ੍ਰੇਲਰ ਲਿਖਿਆ ਹੋਇਆ ਵਾ ਵਹੀਕਲ ਦੇ ਅੰਡਰ ਆਪਣਾ ਟੈਸਟ ਲਿਖਿਆ ਹੋਇਆ ਇੱਥੇ ਆਪਣਾ ਟਰੱਕ ਨੰਬਰ ਆ ਜਾਊਗਾ ਵੀ ਜਿਹੜਾ ਵੀ ਟਰੱਕ ਨੰਬਰ ਆਪਣਾ ਟੈਸਟ ਪਾਇਆ ਹੋਇਆ ਵਾ ਫਿਲਹਾਲ ਤੇ ਇਹਨੂੰ ਤੁਸੀਂ ਨੱਪ ਕੇ ਤੇ ਦੇਖ ਸਕਦੇ ਹੋ ਇੱਥੇ ਯੂ نو ਟੈਸਟ ਲਿਖਿਆ ਹੋਇਆ ਵਾ ਅ ਜੇ ਤੁਸੀਂ ਇਹਦੇ ਵਿੱਚ ਟ੍ਰੇਲਰ ਐਡ ਕਰਨਾ ਤੁਸੀਂ ਟ੍ਰੇਲਰਸ ਤੇ ਇੱਥੇ ਨੱਪ ਸਕਦੇ ਹੋ ਤੇ ਇੱਥੇ ਤੁਸੀਂ ਟ੍ਰੇਲਰ ਨੰਬਰ ਆਫ ਦਾ ਟਾਈਪ ਇਨ ਕਰ ਦਿਓ ਅਮ ਟਾਈਪ ਇਨ ਕਰਕੇ ਐਡ ਕਰ ਦੋ ਤੇ ਇੱਥੇ ਵੀ ਆਪਣਾ ਟ੍ਰੇਲਰ ਐਡ ਹੋ ਜਾਂਦਾ ਤੇ ਟ੍ਰੇਲਰ ਆਪਣੀ ਹੋਰ ਜਗ੍ਹਾ ਤੇ ਵੀ ਐਡ ਹੋ ਜਾਂਦਾ ਉਹ ਵੀ ਮੈਂ ਤੁਹਾਨੂੰ ਸ਼ੋਅ ਕਰੂੰਗਾ ਇਹ ਵੈਸੇ ਜੇ ਤੁਹਾਡਾ ਕਿਤੇ ਯੂ نو ਨਹੀਂ ਚੇਤਾ ਰਿਹਾ ਤੁਸੀਂ ਇਥੋਂ ਔਨ ਦਾ ਸਪਾਟ ਐਡ ਕਰਨਾ ਹੋਵੇ ਤੁਸੀਂ ਔਨ ਦਾ ਸਪਾਟ ਵੀ ਐਡ ਕਰ ਸਕਦੇ ਹੋ ਤੇ ਜੇ ਤਾਂ ਤੁਹਾਡੇ ਕੋਈ ਵੀ ਡੀਫੈਕਟਸ ਨਹੀਂ ਗੇ ਤੁਸੀਂ ਆਹ ਵਹੀਕਲ ਜਿੱਥੇ ਆਪਣਾ ਟੈਸਟ ਲਿਖਿਆ ਹੋਇਆ ਹੈ ਰਾਈਟ ਸਾਈਡ ਤੇ ਲਿਖਿਆ ਹੈ ਡੀਫੈਕਟਸ ਤੇ ਥੱਲੇ ਟ੍ਰੇਲਰ ਆ ਉਹਦੇ ਵੀ ਰਾਈਟ ਸਾਈਡ ਤੇ ਲਿਖਿਆ ਹੈ ਡੀਫੈਕਟਸ ਤੁਸੀਂ ਇਹ ਡੀਫੈਕਟਸ ਤੇ ਨੱਪ ਲੈਣਾ ਜੇ ਤੁਹਾਨੂੰ ਕੋਈ ਡੀਫੈਕਟ ਹੈਗੇ ਆ ਤੁਸੀਂ ਆਹ ਸਾਰੀ ਲਿਸਟ ਹੈਗੀ ਆ ਵੀ ਕਿਹੜੇ-ਕਿਹੜੇ ਚੀਜ਼ ਦੇ ਵਿੱਚ ਡੀਫੈਕਟ ਆ ਤੁਸੀਂ ਆ ਕੇ ਇੱਥੇ ਚੈੱਕ ਕਰ ਦੇਣਾ ਵੀ ਆਹ ਚੀਜ਼ ਖਰਾਬ ਆ ਆਹ ਚੀਜ਼ ਖਰਾਬ ਆ ਜਾਂ ਆਹ ਚੀਜ਼ ਖਰਾਬ ਠੀਕ ਹੈ ਜੀ ਜਦੋਂ ਤੁਸੀਂ ਇਹਨੂੰ ਓਕੇ ਕਰੋਗੇ ਉਹ ਤਿੰਨ ਚੀਜ਼ਾਂ ਇੱਥੇ ਆ ਜਾਂਦੀਆਂ ਵਾ ਤੇ ਇੱਥੇ ਸਟੇਟਸ ਥੱਲੇ ਇੱਥੇ ਆ ਜਾਂਦਾ ਹੈਜ਼ ਡੀਫੈਕਟਸ ਸੋ ਜੇ ਆਪਾਂ ਇਹਨੂੰ ਅਨਚੈੱਕ ਕਰਾਂਗੇ ਵੀ ਕਹਿੰਦੇ ਆ ਵੀ ਨਹੀਂ ਆਪ ਨੂੰ ਕੋਈ ਡੀਫੈਕਟਸ ਨਹੀਂ ਗੀਆਂ ਤਾਂ ਤੁਸੀਂ ਇੱਥੇ ਸਟੇਟਸ ਥੱਲੇ ਦੇਖ ਸਕਦੇ ਹੋ ਆ ਜਾਂਦਾ ਵੀਕਲ ਕੰਡੀਸ਼ਨ ਸੈਟੀਸਫੈਕਟਰੀ ਜਿਹੜੀ ਆਪਣੀ ਆਹ ਸਿਗਨੇਚਰ ਇਹਦੇ ਬਿਲਕੁਲ ਉੱਪਰ ਜੇ ਆਪਾਂ ਦੇਖਦੇ ਆ ਆਹ ਸਟੇਟਸ ਵੀਕਲ ਕੰਡੀਸ਼ਨ ਸੈਟੀਸਫੈਕਟਰੀ ਸੋ ਅਮ ਇਹ ਸਿੰਪਲ ਡੀਵੀਆਰ ਆ ਜੇ ਟ੍ਰੇਲਰ ਆ ਤੇ ਟ੍ਰੇਲਰ ਦੇ ਵਿੱਚ ਵੀ ਤੁਸੀਂ ਡੀਫੈਕਟਸ ਤੇ ਆ ਕੇ ਨੱਪ ਸਕਦੇ ਹੋ ਤੇ ਇੱਥੇ ਸਾਰੀ ਯੂ نو ਜਿਹੜਾ ਵੀ ਤੁਸੀਂ ਅ ਸਿਲੈਕਟ ਕਰਨਾ ਇਥੋਂ ਸਿਲੈਕਟ ਕਰ ਸਕਦੇ ਹਾਂ ਸੋ ਜੇ ਮੰਨ ਲਓ ਕੋਈ ਆਪਾਂ ਨੂੰ ਯੂ ਨੋ ਕੋਈ ਡੀਫੈਕਟ ਨਹੀਂਗਾ ਤੁਸੀਂ ਗੋ ਟੂ ਗੋ ਤੇ ਤੁਸੀਂ ਸਟੇਟਸ ਦੇ ਬਿਲਕੁਲ ਉੱਪਰ ਲਿਖਿਆ ਹੋਇਆ ਰੀਮਾਰਕਸ ਤੁਸੀਂ ਰੀਮਾਰਕਸ ਤੇ ਨੱਪ ਕੇ ਯੂ ਨੋ ਆਪ ਦਾ ਕੋਈ ਰੀਮਾਰਕ ਪਾਉਣਾ ਗੋ ਟੂ ਗੋ ਤੇ ਤੁਸੀਂ ਉਹ ਪਾ ਕੇ ਤੇ ਫਿਰ ਆਪਾਂ ਸਾਈਨ ਕਰ ਦਿਓ ਸਾਈਨ ਵਾਲਾ ਬਟਨ ਗ੍ਰੀਨ ਵਾਲਾ ਥੱਲੇ ਲੱਗਾ ਇਹਨੂੰ ਨੱਪ ਦੇਣਾ ਆਪਾਂ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹ ਆ ਡਵੀਆਰ ਹੋ ਗਿਆ ਤੇ ਸੌਰੀ ਸਬਮਿਟ ਹੋ ਗਿਆ ਤੇ ਇਦਾਂ ਇਹ ਆਪਾਂ ਸਿੰਪਲ ਡਵੀਆਰ ਕਰਨੀ ਆ ਜੇ ਆਪਾਂ ਇਹ ਡਵੀਆਰ ਨੂੰ ਰਿਵਿਊ ਕਰਨਾ ਆਪਾਂ ਇੱਥੇ ਸਿੰਪਲੀ ਤੁਸੀਂ ਇਦਾਂ ਨੱਪ ਸਕਦੇ ਹੋ ਕਲਿੱਕ ਕਰਦੇ ਆ ਤੇ ਆਹ ਨੈਕਸਟ ਆ ਜਾਂਦਾ ਵਾ ਤੇ ਤੁਸੀਂ ਦੇਖ ਸਕਦੇ ਹੋ ਵੀ ਜੇ ਕੋਈ ਡਿਫੈਕਟਸ ਉਸ ਵਕਤ ਤੁਸੀਂ ਪਾਈ ਸੀਗੇ ਤੇ ਰਿਮਾਰਕਸ ਆਪਣੇ ਕੀ ਪਾਏ ਹੋਏ ਸੀਗੇ ਸੋ ਇਹ ਆਪਣੀ ਡਵੀਆਰ ਜੀ ਸਿਸਟਮ ਦੇ ਵਿੱਚ ਤੇ ਮੂਵਿੰਗ ਔਨ ਗਾਂਯੰਦਜੀ ਡਿਊਟੀ ਇਨਸਪੈਕਸ਼ਨ ਯੂ نو ਜੀਡੀ ਸਭ ਤੋਂ ਜ਼ਰੂਰੀ ਚੀਜ਼ ਆ ਵੀ ਜਦੋਂ ਆਪਨੂੰ ਸੀਐਚਪੀ ਵਾਲਾ ਆਫੀਸਰ ਪੋਲਓਵਰ ਕਰ ਲੈਂਦਾ ਵੀ ਆਪਾਂ ਨੂੰ ਕਿਹੜੇ-ਕਿਹੜੇ ਸਟੈਪ ਚੱਕਣ ਦੀ ਲੋੜ ਜਦੋਂ ਤੁਸੀਂ ਆਪਣੀ ਇਸ ਡਿਊਟੀ ਇਨਸਪੈਕਸ਼ਨ ਵਾਲੀ ਸਕਰੀਨ ਤੇ ਆਉਂਗੇ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਕੋਲੇ ਯੂ نو ਚਾਰ ਆਪਸ਼ਨਸ ਹੈਗੇ ਆ ਪਹਿਲੇ ਤਿੰਨ ਆਪਸ਼ਨ ਆ ਜਿਹੜੇ ਇਹ ਲੌਗ ਬੁੱਕ ਦੇ ਦਿਖਾਉਣ ਨੂੰ ਵੀ ਜਾਂ ਤਾਂ ਆਪਾਂ ਪਹਿਲਾ ਆਪਸ਼ਨ ਆ ਜਿਹੜਾ ਸਟਾਰਟ ਇਨਸਪੈਕਸ਼ਨ ਜੇ ਆਪਾਂ ਉਹ ਜੀ ਜਗ੍ਹਾ ਤੇਨ ਜਿੱਥੇ ਆਪਾਂ ਨਈ ਆਫੀਸਰ ਨੂੰ ਸੈਂਡ ਕਰ ਸਕਦੇ ਆ ਲੌਗ ਬੁੱਕਸ ਤੇ ਉਹਨਾਂ ਨੂੰ ਤੁਸੀਂ ਆਪਦੇ ਟੈਬਲੇਟ ਦੇ ਉੱਤੇ ਜਾਂ ਆਪਦੇ ਡਿਵਾਈਸ ਦੇ ਉੱਤੇ ਸ਼ੋਅ ਕਰਨਾ ਚਾਹੁੰਦੇ ਹੋ ਤੁਸੀਂ ਸਟਾਰਟ ਇਨਸਪੈਕਸ਼ਨ ਆਪ ਸਕਦੇ ਹੋ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਬੇਸਿਕਲੀ ਯੂ نو ਦਾ ਸਟਾਰਟ ਹੋ ਜਾਂਦੀ ਹੈ ਇਨਸਪੈਕਸ਼ਨ ਤੋਂ ਅੱਜ ਦੇ ਇਨਸਪੈਕਸ਼ਨ ਤੇ ਲਾਸਟ 7 ਡੇਸ ਇਥੋਂ ਆਫੀਸਰ ਦੇਖ ਸਕਦਾ ਵਾ ਸੱਤਾਂ ਦਿਨਾਂ ਤੋਂ ਪਿੱਛੇ ਨਹੀਂ ਜਾ ਸਕਦਾ ਤੇ ਸੱਤਾਂ ਦਿਨਾਂ ਤੱਕ ਹੀ ਇਹਦੀ ਰਹਿੰਦੀ ਆ ਜੀ ਆਮ ਸੋ ਇਥੇ ਉਹ ਆ ਕੇ ਬੇਸਿਕਸ ਆਫ ਦੀ ਇਨਸਪੈਕਟ ਕਰ ਸਕਦਾ ਵਾ ਜੇ ਤੁਸੀਂ ਈਮੇਲ ਕਰਨੀਆਂ ਸੈਂਡ ਕਰਨੀਆਂ ਲੌਗ ਬੁਕਸ ਤੁਸੀਂ ਸੈਂਡ ਲੌਗਸ ਤੇ ਨੱਪ ਦੇਣੀਆਂ ਜੀ ਤੇ ਇਹ ਹੈਗਾ ਜਿਹੜਾ ਐਫ ਐਮ ਸੀ ਐਸਾ ਡਾਟਾ ਟਰਾਂਸਫਰ ਆਪਾਂ ਕਰਦੇ ਹੁੰਨੇ ਆ ਉਹਨਾਂ ਨੂੰ ਡਾਇਰੈਕਟਲੀ ਤੇ ਬੇਸਿਕਲੀ ਉਹ ਆਪਾਂ ਨੂੰ ਕੋਈ ਕੋਡ ਦੇਣਗੇ ਤੁਹਾਨੂੰ ਉਹ ਤੁਸੀਂ ਇੱਥੇ ਜਿੱਥੇ ਕਮੈਂਟਸ ਲਿਖਿਆ ਹੋਇਆ ਵਾ ਤੁਸੀਂ ਉਹਦੇ ਆ ਕੇ ਇੱਥੇ ਨੱਪ ਲੈਣਾ ਤੇ ਇੱਥੇ ਤੁਹਾਨੂੰ ਖੁੱਲ ਜੂਗਾ ਕੀਬੋਰਡ ਜਿਹੜਾ ਵੀ ਉਹ ਬੈਜ ਨੰਬਰ ਦਿੰਦੇ ਹੁੰਦੇ ਆ ਆਮ ਯੂ نو 1 2 3 ਜੋ ਵੀ ਆ ਤੁਸੀਂ ਇੱਥੋਂ ਸੈਂਡ ਕਰੋਗੇ ਤੇ ਉਹਨਾਂ ਕੋਲੇ ਚਲੀ ਜਾਂਦੀ ਆ ਆ ਇਹਦੇ ਬਿਲਕੁਲ ਜੇ ਆਪਾਂ نیچے ਦੇਖਦੇ ਹਾਂ ਨਾ ਜਿੱਥੇ ਲਿਖਿਆ ਡਾਟਾ ਟ੍ਰਾਂਸਫਰ ਟਾਈਪ ਕਮੈਂਟ ਤੇ نیچے ਈਮੇਲ ਲਿਖਿਆ ਹੋਇਆ ਆਪਾਂ ਇੱਥੋਂ ਆਪਾਂ ਐਕਚੁਅਲੀ ਸਿਲੈਕਟ ਕਰਕੇ ਆਮ ਯੂ نو ਆਪਾਂ ਚੂਜ਼ ਕਰ ਸਕਦੇ ਆ ਵੀ ਆਪਾਂ ਈਮੇਲ ਹੀ ਕਰਨੀ ਆ ਜਾਂ ਵੈਬ ਸਰਵਿਸੇਸ ਕਰਨੀਆਂ ਵਾ ਸੋ ਇਹ ਬਹੁਤ ਜ਼ਰੂਰੀ ਆ ਵੀ ਜਦੋਂ ਯੂ نو ਸਿਲੈਕਟ ਕਰਨਾ ਜੇ ਆਪਾਂ ਨੂੰ ਉਹ ਕਹਿ ਰਿਹਾ ਵੀ ਸਾਡੇ ਸਿਸਟਮ ਤੇ ਭੇਜੋ ਡਾਇਰੈਕਟਲੀ ਤੁਸੀਂ ਵੈਬ ਸਰਵਿਸੇ ਸਿਲੈਕਟ ਕਰਕੇ ਓਕੇ ਨੱਪ ਦੇਣੀ ਆ ਫਿਰ ਤੁਸੀਂ ਇੱਥੋਂ ਸੈਂਡ ਕਰ ਸਕਦੇ ਹੋ ਸੋ ਇੱਥੋਂ ਤੁਸੀਂ ਈਮੇਲ ਕਰ ਸਕਦੇ ਹੋ ਤੇ ਸੈਂਡ ਕਰੋਗੇਗਾ ਤੁਹਾਨੂੰ ਉਹਨਾਂ ਦਾ ਆ ਜਾਊਗਾ ਵੀ ਈਮੇਲ ਪਾ ਦੋ ਤੇ ਜੇ ਤੁਸੀਂ ਵੈਬ ਸਰਵਿਸੇਸ ਨਹੀਂ ਕਰਨੀਆਂ ਤੁਸੀਂ ਇੱਥੇ ਡਾਟਾ ਟਰਾਂਸਫਰ ਟਾਈਪ ਤੇ ਨੱਪ ਕੇ ਤੇ ਵੈਬ ਸਰਵਿਸੇਸ ਕਰਕੇ ਤੇ ਇੱਥੋਂ ਸਿੱਧਾ ਡਾਇਰੈਕਟਲੀ ਸੈਂਡ ਕਰ ਸਕਦੇ ਹੋ ਸੋ ਇਹ ਹੈਗਾ ਜੀ ਦੂਸਰਾ ਤਰੀਕਾ ਤੀਸਰਾ ਤਰੀਕਾ ਵੀ ਈਮੇਲ ਦਾ ਇੱਕ ਹੋਰ ਸਿੰਪਲ ਕੀਤਾ ਹੋਇਆ ਤੇ ਉੱਤੇ ਲਿਖਿਆ ਹੋਇਆ ਤੀਜੇ ਨੰਬਰ ਤੇ ਈਮੇਲ ਲੌਗਸ ਤੁਸੀਂ ਇੱਥੇ ਨੱਪ ਕੇ ਈਮੇਲ ਤੁਸੀਂ ਪਾ ਸਕਦੇ ਹੋ ਜਿਹੜੀ ਵੀ ਉਹ ਤੁਹਾਨੂੰ ਦਿੰਦੇ ਆ ਤੁਸੀਂ ਈਮੇਲ ਕਰੋਗੇ ਤੇ ਲੌਗ ਬੁੱਕਾਂ ਉਧਰ ਚਲੀਆਂ ਜਾਂਦੀਆਂ ਜੀ ਅ ਜਿਹੜਾ ਲਾਸਟ ਤੇ ਆਪਣਾ ਹੈਗਾ ਇਨਫਰਮੇਸ਼ਨ ਪੈਕੇਟ ਇਹ ਬੇਸਿਕਲੀ ਜੇ ਆਪਾਂ ਨੂੰ ਆਫੀਸਰ ਪੁੱਲ ਓਵਰ ਕਰਦੇ ਨੇ ਤੇ ਉਹ ਕਹਿੰਦੇ ਆ ਵੀ ਸਾਨੂੰ ਤੁਸੀਂ ਯੂਜ਼ਰ ਮੈਨੂਅਲ ਜਾਂ ਇਨਸਟ੍ਰਕਸ਼ਨ ਮੈਨੂਅਲ ਦਿਓ ਆਪਣੇ ਦੋਨੇ ਇਹਦੇ ਵਿੱਚ ਹੀ ਆਪਣੇ ਹੈਗੇ ਆ ਅਪਲੋਡ ਕੀਤੇ ਹੋਏ ਸੋ ਤੁਸੀਂ ਦੇਖ ਸਕਦੇ ਹੋ ਵੀ ਜੇ ਉਹ ਤੁਹਾਨੂੰ ਪੁਲ ਓਵਰ ਕਰਦੇ ਆ ਵੀ ਤੁਸੀਂ ਇੱਥੋਂ ਵੀ ਉਹਨਾਂ ਨੂੰ ਦਿਖਾ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਆਪਣੀਆਂ ਬੁੱਕਸ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਬੁੱਕਾਂ ਆਪਾਂ ਟਰੱਕ ਦੇ ਵਿੱਚ ਰੱਖਣੀਆਂ ਵਾ ਯੂਜ਼ਰ ਮੈਨੂਅਲ ਜਿਹੜਾ ਹੁੰਦਾ ਵੀ ਉਹ ਤੁਹਾਡਾ ਹਾਰਡ ਕਾਪੀ ਹੀ ਹੋਵੇ ਆਪਣਾ ਇਦਾਂ ਇਹ ਡਿਜੀਟਲ ਕਾਪੀ ਵੀ ਹੋ ਸਕਦੀ ਆ ਸੋ ਇਹ ਬੁੱਕ ਦੇ ਵਿੱਚ ਯੂ ਨੋ ਐਨੀ ਟਾਈਮ ਜੇ ਤੁਸੀਂ ਦੇਖਣਾ ਹੋਵੇ ਤੁਸੀਂ ਆਪਦੇ ਯੂਜ਼ਰ ਮੈਨੂਅਲ ਤੇ ਇਨਸਟ੍ਰਕਸ਼ਨ ਮੈਨੂਅਲ ਇੱਥੋਂ ਤੁਸੀਂ ਡਾਇਰੈਕਟਲੀ ਦੇਖ ਸਕਦੇ ਹੋ ਸੋ ਇਹ ਜਿਹੜੀਆਂ ਐਫਐਮਸੀਐਸਏ ਦੇ ਰਿਕੁਆਇਰਮੈਂਟ ਡੀਓਟੀ ਆਫਿਸਰ ਪਰੇ ਤੋਂ ਮੰਗ ਸਕਦੇ ਆ ਇਹ ਦੋਨੇ ਬੁੱਕਸ ਇੱਥੇ ਪਈਆਂ ਨੇ ਸੋ ਇਹ ਜੀ ਆਪਣੀ ਡੀਓਟੀ ਇਨਸਪੈਕਸ਼ਨ ਪੇਜ ਹੋ ਗਿਆ ਵਾ ਤੇ ਨੈਕਸਟ ਆਪਾਂ ਆ ਜੰਨੇ ਆ ਜੀ ਰੂਲਸ ਵਾਲੇ ਟੈਬ ਤੇ ਮੈਨੂ ਦੇ ਵਿੱਚ ਰੂਲਸ ਤੇ ਰੂਲਸ ਤੇ ਆਪਾਂ ਉਹਨੇ ਵੈਸੇ ਆਪਾਂ ਨੂੰ ਥੋੜੀ ਜੀ ਓਵਰਵਿਊ ਜੀ ਦਿੰਦਾ ਵੀ ਆਪਾਂ ਕਿਹੜੇ ਰੂਲਸ ਤੇ ਚੱਲ ਰਹੇ ਆ ਆਮਿਆਂ ਜੇ ਤੁਸੀਂ ਦੇਖ ਸਕਦੇ ਹੋ ਵੀ 70 ਘੰਟੇ 8 ਦੇ ਨਾਲੇ ਰੂਲ ਤੇ ਇਹ ਮੇਰੀ ਇਸ ਵਕਤ ਬੁੱਕ ਪਾਈ ਹੋਈ ਆ ਜੇ ਆਪਾਂ ਕੋਈ ਲੋਕਲ ਚਲਾਉਨੇ ਆ ਜਾਂ ਕੋਈ ਹੋਰ ਰੂਲਸ ਤੇ ਆਪਾਂ ਚੱਲਣਾ ਚਾਹੁੰਦੇ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਅਸੀਂ ਉਹ ਤੁਹਾਡੇ ਵਾਸਤੇ ਅਪਡੇਟ ਜਰੂਰ ਕਰ ਸਕਦੇ ਆ ਤੇ ਆਪਾਂ ਇਹਦੇ ਮੀਨੂ ਤੇ ਬੈਕ ਆਉਨੇ ਆ ਜੀ ਤੇ ਗਾਂ ਜੀ ਆਪਣਾ ਕੋ ਡਰਾਈਵਰ ਆ ਜਾਂਦਾ ਤੇ ਕੋ ਡਰਾਈਵਰ ਤੇ ਤੁਸੀਂ ਨੱਪੋਗੇ ਤੇ ਇੱਥੋਂ ਤੁਸੀਂ ਕੋ ਡਰਾਈਵਰ ਸਿਲੈਕਟ ਕਰ ਸਕਦੇ ਹੋ ਇਸ ਵਕਤ ਮੇਰੇ ਕੋਈ ਕੋ ਡਰਾਈਵਰ ਹੈ ਨਹੀਂਗਾ ਸੋ ਇਹ ਤੁਹਾਨੂੰ ਬੈਕ ਐਂਡ ਤੇ ਐਡ ਕਰਨਾ ਪਊਗਾ ਕੋ ਡਰਾਈਵਰ ਇੱਕ ਵਾਰੀ ਜਦੋਂ ਤੁਹਾਡਾ ਕੋ ਡਰਾਈਵਰ ਐਡ ਹੋ ਜਾਂਦਾ ਵਾ ਤੁਸੀਂ ਇੱਥੋਂ ਆ ਕੇ ਤੇ ਆਪਦੇ ਕੋ ਡਰਾਈਵਰਾਂ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਵੀ ਜਿਹੜਾ ਵੀ ਤੁਹਾਡਾ ਕੋ ਡਰਾਈਵਰ ਹੋਊਗਾ ਸਵਿਚ ਕਰੋਗੇ ਤਾਂ ਉਹ ਤੁਹਾਡਾ ਸਵਿਚ ਹੋ ਜਾਊਗਾ ਸੋ ਇਹ ਹੋ ਗਿਆ ਜੀ ਕੋ ਡਰਾਈਵਰ ਦਾ ਫਿਰ ਯੂ نو ਲਾਸਟ ਤੇ ਹੇ ਆ ਜਾਂਦਾ ਸਿਲੈਕਟ ਵੀਕਲ ਜਿਵੇਂ ਆਪਾਂ ਇੱਥੇ ਨੱਪਦੇ ਆ ਇਹ ਉਹੀ ਮੇਨ ਪਹਿਲੀ ਸਕਰੀਨ ਹੈ ਜਿਹੜੀ ਆਪਾਂ ਇਨੀਸ਼ੀਅਲੀ ਜਦੋਂ ਮੈਂ ਤੁਹਾਨੂੰ ਕਹਿੰਦਾ ਸੀਗਾ ਤੁਸੀਂ ਲੌਗਇਨ ਕਰੋਗੇ ਵੀ ਟਰੱਕ ਕਿਹੜਾ ਤੁਹਾਡੇ ਕੋਲੇ ਇਹ ਉਹ ਸਕਰੀਨ ਆ ਜੇ ਤੁਸੀਂ ਬਾਈ ਚਾਂਸ ਕਿਤੇ ਗਲਤ ਟਰੱਕ ਸਿਲੈਕਟ ਕਰ ਲਿਆ ਜਦੋਂ ਲੌਗਇਨ ਕਰ ਰਹੇ ਹੋ ਤੇ ਤੁਸੀਂ ਦੁਬਾਰਾ ਸਿਲੈਕਟ ਕਰਨਾ ਵਾ ਤੁਸੀਂ ਇੱਥੇ ਆ ਕੇ ਮੈਨੂ ਦੇ ਵਿੱਚ ਸਿਲੈਕਟ ਵੀਹਿਕਲ ਤੇ ਆ ਕੇ ਤੇ ਆਪਦਾ ਟਰੱਕ ਨੰਬਰ ਇੱਥੋਂ ਚੇਂਜ ਕਰ ਸਕਦੇ ਹੋ ਸੋ ਇਹ ਹੋ ਗਿਆ ਜੀ ਅ ਸਿਲੈਕਟ ਵੀਹਿਕਲ ਤੇ ਫਿਰ ਆ ਜਾਂਦਾ ਜੀ ਆਪਣਾ ਮੈਨੂ ਦੇ ਵਿੱਚ ਅਕਾਊਂਟ ਜੇ ਤੁਸੀਂ ਇੱਥੇ ਦੇਖੋਗੇ ਤਾਂ ਇਹਦੇ ਵਿੱਚ ਯੂ نو ਲੈਂਗੁਏਜਸ ਆਪਣੇ ਕੋਲੇ ਇੰਗਲਿਸ਼ ਤੇ ਸਪੈਨਿਸ਼ ਦੇ ਵਿੱਚ ਦੋ ਹੈਗੀਆਂ ਨੇ ਬਾਕੀ ਓਵਰਆਲ ਇਨਫੋਰਮੇਸ਼ਨ ਯੂ نو ਆਪਣੀ ਕੈਰੀਅਰ ਦੀ ਇਨਫੋਰਮੇਸ਼ਨ ਹੋਊਗੀ ਤੁਹਾਡੇ ਫੋਨ ਨੰਬਰ ਈਮੇਲ ਸੋ ਆਨ ਐਂਡ ਸੋ ਫੋਰ ਇੱਥੇ ਵੈਸੇ ਆਪਣੀ ਅਕਾਊਂਟ ਦੀ ਇਨਫੋਰਮੇਸ਼ਨ ਹੈ ਜੀ ਤੇ ਆਮ ਇਦੋਂ ਗਾ ਜੀ ਆ ਇਨਫੋਰਮੇਸ਼ਨ ਪੈਕੇਟ ਇਹ ਉਹੀ ਪੈਕੇਟ ਹੈ ਜੀ ਜਿਹੜਾ ਆਪਾਂ ਡੀਓਟੀ ਇਨਸਪੈਕਸ਼ਨ ਵਾਲੇ ਮੀਨੂ ਦੇ ਵਿੱਚ ਦੇਖ ਰਹੇ ਸੀਗੇ ਵੀ ਜਿਹੜਾ ਜੇ ਪਾਲ ਸਾਲੇ ਪੂਲਓਵਰ ਕਰਦੇ ਆ ਤੇ ਤੁਹਾਨੂੰ ਸ਼ੋ ਕਰਨਾ ਪੈਂਦਾ ਵਾ ਇਹ ਵੈਸੀ ਇੱਥੇ ਇਹਨਾਂ ਨੇ ਆਪਾਂ ਨੂੰ ਹੈਗਾ ਵਾ ਵੀ ਆਪਾਂ ਇਨਫੋਰਮੇਸ਼ਨ ਪੈਕੇਜ ਨੂੰ ਡਾਇਰੈਕਟਲੀ ਐਕਸੈਸ ਕਰ ਸਕਦੇ ਹਾਂ ਤੇ ਲਾਸਟ ਵਾਲਾ ਇਹਦਾ ਬਟਨ ਜੀ ਲੌਗ ਆਊਟ ਦਾ ਬਟਨ ਆ ਤੇ ਉਹਦੇ ਨਾਲ ਆਪਾਂ ਸਿੰਪਲੀ ਲੌਗ ਆਊਟ ਕਰ ਲਈਦਾ ਤੇ ਇਹ ਜੀ ਓਵਰਵਿਊ ਆ ਇਹ ਜਿਹੜੀ ਆਪਣੀ ਈ-ਲੌਗ 365 ਦੀ ਤੇ ਇੱਕ ਲਾਸਟ ਚੀਜ਼ ਮੈਂ ਗੋ ਥਰੂ ਹੋਣਾ ਚਾਹੂੰਗਾ ਵੀ ਆਪਾਂ ਟ੍ਰੇਲਰ ਨੰਬਰ ਜੀ ਆਪਾਂ ਐਡ ਕਰਨਾ ਤੁਸੀਂ ਲੌਗਸ ਦੇ ਵਿੱਚ ਆਉਂਗੇ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਮੰਨ ਲਓ ਵੀ ਅੱਜ ਜੇ ਆਪਾਂ ਤੁਰ ਰਹੇ ਹਾਂ ਤੇ ਆਪਾਂ ਅੱਜ ਦੀ ਲੌਗ ਬੁੱਕ ਖੋਲ ਲਈਏ ਤੇ ਫਾਰਮ ਦੇ ਵਿੱਚ ਆ ਜੀਏ ਥੱਲੇ ਜਿੱਥੇ ਆਪਾਂ ਸ਼ਿਪਿੰਗ ਡਾਕ ਪਾਇਆ ਇਹਦੇ ਸਭ ਤੋਂ ਉੱਪਰ ਜਮ੍ਹਾਂ ਹੀ ਉੱਪਰ ਹੈਗਾ ਟ੍ਰੇਲਰਸ ਇੱਥੇ ਮੇਰਾ ਕੁਝ ਨਹੀਂ ਪਾਇਆ ਹੋਇਆ ਇੱਥੇ ਤੁਸੀਂ ਆ ਕੇ ਤੇ ਆਪ ਦਾ ਟ੍ਰੇਲਰ ਨੰਬਰ ਪਾ ਦਿਓ ਤੇ ਤੁਸੀਂ ਐਡ ਕਰੋਗੇ ਤੇ ਇਹ ਟ੍ਰੇਲਰ ਤੁਹਾਡਾ ਐਡ ਹੋ ਗਿਆ ਸੇਵ ਕਰੋਗੇ ਤਾਂ ਇੱਥੇ ਸੇਵ ਹੋ ਗਿਆ ਸੋ ਇਹ ਆਪਣਾ ਟ੍ਰੇਲਰ ਨੰਬਰ ਪਾਉਣ ਵਾਸਤੇ ਮੈਂ ਤੁਹਾਨੂੰ ਦੱਸਦਾ ਸੀ ਕਿ ਹੋਰ ਆਪਸ਼ਨ ਹੈਗੀ ਇੱਕ ਸੋ ਇੱਕ ਤੁਸੀਂ ਇੱਥੋਂ ਐਡ ਕਰ ਸਕਦੇ ਹੋ ਫਾਰਮ ਤੋਂ ਤੇ ਇੱਕ ਤੁਸੀਂ ਆਪਣੇ ਡੀਵੀਆਰ ਦੇ ਵਿੱਚੋਂ ਐਡ ਕਰ ਸਕਦੇ ਹੋ ਤੇ ਇਹ ਜੀ ਆਪਣੀ ਓਵਰਵਿਊ ਇਹ ਲੌਗ 365 ਦੀ ਆਪਣੀ ਹੋਮ ਪੇਜ ਤੇ ਦੁਆਰੇ ਆ ਗਏ ਆ ਤੇ ਜੇ ਤੁਹਾਨੂੰ ਕੋਈ ਕੁਐਸਚਨਸ ਹੋਣ ਕੋਈ ਕਨਸਰਨਸ ਆ ਪਲੀਜ਼ ਸਾਨੂੰ ਕਾਲ ਕਰ ਲਓ ਸਾਡਾ 1800 ਨੰਬਰ 1800 5567105 24 ਘੰਟੇ ਅਵੇਲੇਬਲ ਹੈਗੇ ਆ ਜੀ ਅਸੀਂ ਇੰਗਲਿਸ਼ ਪੰਜਾਬੀ ਦੋਨੀਆਂ ਲੈਂਗੁਏਜਸ ਦੇ ਵਿੱਚ ਸਰਵਿਸ ਤੁਹਾਨੂੰ ਮਿਲੂਗੀ ਸੋ ਪਲੀਜ਼ ਜੇ ਕੋਈ ਕੁਐਸਚਨਸ ਆ ਸਾਨੂੰ ਕਾਲ ਕਰੋ ਤੇ ਥੈਂਕ ਯੂ ਵੈਰੀ ਮਚ ਐਂਡ ਹੈਵ ਅ ਗੁੱਡ ਡੇ